ਤੁਹਾਨੂੰ ਪਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ 'ਚ ਇੱਕ 14 ਸਾਲ ਦਾ ਬੱਚਾ ਗ੍ਰਿਫਤਾਰ ਹੋਇਆ ਸੀ। ਇਹਦੇ ਵਿੱਚੋਂ ਇਤਿਹਾਸਕ ਰਮਜਾਂ ਦਿੱਤੀਆਂ, ਤੁਸੀਂ ਇਤਿਹਾਸ ਸੁਣੇ ਹੋਣਗੇ ਬਹੁਤ। 14 ਸਾਲ ਦਾ ਬੱਚਾ ਹੀ ਕਹਿੰਦੇ ਹਾਂ ਆਪਾਂ, ਕਿਉਂਕਿ 18 ਸਾਲ ਤੋਂ ਘੱਟ ਨਾਬਾਲਗੀ ਮੰਨਿਆ ਜਾਂਦਾ ਨਾ, 18 ਸਾਲ ਤੋਂ ਵੱਧ ਆਪਾਂ ਕਹਿੰਦੇ ਮਚਿਓਰ ਹੋ ਗਿਆ, ਬਾਲਗ ਹੋ ਗਿਆ। ਸੋ ਉਹਦਾ ਨਾਂ ਦੱਸਿਆ ਇਤਿਹਾਸ ਨੇ, ਮਾਧੋ ਸਿੰਘ। 14 ਸਾਲ ਦੇ ਦਾ ਨਾਂ ਕੀ ਦੱਸਿਆ? ਮਾਧੋ ਸਿੰਘ। ਇਹ ਇਕਲੌਤਾ ਪੁੱਤ ਸੀ ਕਹਿੰਦੇ ਮਾਤਾ ਦੇ, ਇਕਲੌਤਾ। ਤੇ ਮਾਂ ਮਮਤਾ ਦੀ ਮਾਰੀ ਫਰਕਸ਼ੀਅਰ ਦੇ ਕਹਿੰਦੇ ਰਾਜ ਦਰਬਾਰ ਚ ਪੇਸ਼ ਹੋ ਗਈ ਤੇ ਜਾ ਕੇ ਕੀ ਕਹਿੰਦੀ? ਕਹਿੰਦੀ ਮੇਰਾ ਪੁੱਤ ਸਿੱਖ ਹੈ ਨੀ ਬਾਦਸ਼ਾਹ, ਮੇਰਾ ਤਾਂ ਪੁੱਤ ਹੀ ਸਿੱਖ ਨੀ। ਇਹ ਤਾਂ ਐਵੇਂ ਮੱਲੋ ਮੱਲੀ ਜਵਾਕ ਨੂੰ ਫੜ ਕੇ ਨਾਲ ਲਾ ਲਿਆ ਇਹਨਾਂ ਨੇ, ਮੱਲੋ ਮੱਲੀ ਜਵਾਕ ਦੇ ਕਿਰਪਾਨ ਖੜੇ ਪਾਤੇ। ਮਮਤਾ ਦੀ ਮਾਰੀ ਮਾਂ ਕਹਿੰਦੀ ਮੱਲੋ ਮੱਲੀ ਜਵਾਕ ਦੇ ਪਾਤੇ ਕਿਰਪਾਨ ਖੜੇ, ਮੇਰਾ ਪੁੱਤ ਤਾਂ ਸਿੱਖੀ ਹੈ ਨੀ। ਫਰਕਸ਼ੀਅਰ ਕਹਿੰਦਾ ਮਾਤਾ ਤੇਰਾ ਪੁੱਤ ਹੀ ਗੱਲ ਕਹਿ ਦੂ ਜਿਹੜੀ ਗੱਲ ਤੂੰ ਕਹਿਣੀ ਹੈ। ਕਹਿੰਦੀ ਹਾਂ ਕਹਾ ਦੂੰ, ਕਹਾ ਦੂੰ। ਜਦੋਂ ਮਾਂ ਪੁੱਤ ਨੂੰ ਇਕੱਠੇ ਕੀਤਾ, ਮਾਂ ਪੁੱਤ ਨੂੰ ਇਕੱਠੇ ਕੀਤਾ, ਪੁੱਤ ਕਹਿੰਦਾ ਮੈਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸਿੰਘ ਹੈ, ਮੇਰੀ ਮਾਂ ਝੂਠ ਬੋਲਦੀ ਹੈ। ਬੋਲੋ ਸਤਨਾਮ। ਹੁਣ ਉੱਥੇ ਮੌਤ ਨੂੰ ਮਖੌਲ ਹੈ ਨਾ ਵੀ ਮੈਂ ਤਾਂ ਉੱਧਰਲੇ ਪਾਸੇ ਜਾਣਾ, ਮੌਤ ਉੱਧਰਲੇ ਪਾਸੇ ਸ਼ਹੀਦੀ ਪਾਉਣ ਵਾਲੇ ਪਾਸੇ। ਕਹਿੰਦਾ ਮੇਰੀ ਮਾਂ ਨਾ ਝੂਠ ਬੋਲਦੀ ਹੈ, ਇਹ ਝੂਠ ਝੂਠ ਬੋਲਦੀ ਹੈ ਵੀ ਮੇਰਾ ਪੁੱਤ ਸਿੱਖ ਨੀ ਨਾ, ਮੈਂ ਤਾਂ ਸਿੰਘ ਹੈ, ਮੇਰੀ ਮਾਂ ਝੂਠੀ ਹੈ। ਦੇਖੋ ਭਾਵੇਂ ਕਿ ਮਾਂ ਪੁੱਤ ਦਾ ਰਿਸ਼ਤਾ ਬੜਾ ਪਵਿੱਤਰ ਹੈ, ਪਰ ਇੱਥੋਂ ਸਿੱਖਿਆ ਵੀ ਲੈ ਲਓ। ਪਰ ਜੇ ਮਾਂ ਪੁੱਤ ਨੂੰ ਗੁਰੂ ਨਾਲੋਂ ਸੱਚ ਨਾਲ ਤੋੜਦੀ ਹੈ, ਫਿਰ ਮਾਂ ਪੁੱਤ ਦਾ ਰਿਸ਼ਤਾ ਥੱਲੇ ਰਹਿ ਜਾਂਦਾ, ਸੱਚ ਉੱਪਰ ਹੈ। ਬੋਲੋ ਸਤਨਾਮ। ਇੱਥੋਂ ਸਿੱਖਿਆ ਵੀ ਮਿਲ ਗਈ ਵੀ ਰਿਸ਼ਤੇ ਪਵਿੱਤਰ ਹੈ, ਕੋਈ ਸ਼ੱਕ ਨਹੀਂ। ਮਾਂ ਪੁੱਤ ਦਾ ਰਿਸ਼ਤਾ ਬਹੁਤ ਨੇੜੇ ਦਾ ਰਿਸ਼ਤਾ ਹੈ, ਪਰ ਜਿੱਥੇ ਸੱਚ ਆ ਗਿਆ ਉੱਥੇ ਰਿਸ਼ਤੇ ਸਾਰੇ ਥੱਲੇ ਰਹਿ ਜਾਂਦੇ ਆ, ਉੱਥੇ ਥੱਲੇ ਰਹਿ ਜਾਂਦੇ ਆ। ਉੱਥੇ ਕਹਿ ਜਿਵੇਂ ਕਿ ਬਾਣੀ ਦਾ ਪ੍ਰਮਾਣ ਵੀ ਦੇ ਦਿਆਂ। ਦੇਖੋ ਭਗਤ ਨਾਮਦੇਵ ਜੀ ਮਹਾਰਾਜ ਜਦੋਂ ਸਮੇਂ ਦੇ ਹਾਕਮ ਨੇ ਗ੍ਰਿਫਤਾਰ ਕੀਤੇ ਨਾ, ਤਾਂ ਤੇ ਦਬਸ਼ ਪਾਉਂਦਾ ਸੀ ਵੀ ਰਾਮ ਰਾਮ ਛੱਡ, ਖੁਦਾ ਖੁਦਾ ਕਹਿ। ਹੁਣ ਯਾਦ ਰੱਖਿਓ, ਗਿਆਨਵਾਨ ਪੁਰਸ਼ਾਂ ਵਾਸਤੇ ਰਾਮ ਤੇ ਖੁਦਾ 'ਚ ਕੋਈ ਫਰਕ ਨਹੀਂ, ਮਾਲਕ ਦੀ ਗੁਣ ਨੇ। ਰਾਮ ਭਾਵੋ ਰਮਿਆ ਹੋਇਆ, ਸਾਰੇ ਗੁਣ ਹੈ ਨਾ ਪਰਮੇਸ਼ਰ ਦਾ। ਖੁਦਾ ਭਾਵੋ ਸਾਡੇ ਆਪੇ ਦਾ ਮਾਲਕ ਹੈ, ਉਹ ਸਾਡਾ ਆਪਣਾ ਆਪ ਹੈ। ਪਰ ਉਹ ਕੀ ਉਹ ਕਹਿ ਰਹੇ ਸੀ, ਜਾਨੀ ਕਿ ਦਮਸ਼ ਪਾ ਕੇ, ਭਾਵ ਉਹਨਾਂ ਦਾ ਹੋਰ ਸੀ। ਤੇ ਮਾਂ ਪਹੁੰਚ ਗਈ ਉੱਥੇ, ਭਗਤ ਨਾਮਦੇਵ ਜੀ ਮਹਾਰਾਜ ਦੀ ਮਾਂ। ਮਾਂ ਜਾ ਕੇ ਕਹਿੰਦੀ ਪੁੱਤ ਜਾਣ ਬਚਾ, ਪੁੱਤ ਇਹਨਾਂ ਦੇ ਸਾਹਮਣੇ ਤੂੰ ਖੁਦਾ ਖੁਦਾ ਕਰਨ ਲੱਗ ਜਾ, ਕਰ ਲਿਆ ਕੋਈ ਘਰੇ ਜਾ ਕੇ ਫਿਰ ਰਾਮ ਰਾਮ ਪਰ ਜਪ ਲਿਆ ਕਰੀ, ਭਾਵੇਂ ਇਹ ਕੀ ਗੱਲ ਹੈ, ਇਹ ਕੀ। ਤਾਂ ਤੇ ਭਗਤ ਨਾਮਦੇਵ ਜੀ ਕਹਿੰਦੇ ਮਾਤਾ ਤੂੰ ਮੈਨੂੰ ਨਿਸ਼ਚੇ ਤੋਂ ਡਲਾਉਣੀ ਹੈ। ਉਹ ਵੱਖਰਾ ਵਿਸ਼ਾ, ਗਿਆਨ ਵਾਲਾ ਵੱਖਰਾ ਵਿਸ਼ਾ, ਹੋ ਵੀ ਫਰਕ ਨਹੀਂ। ਪਰ ਜਿਸ ਹਿਸਾਬ ਨਾਲ ਇਹ ਕਹਿੰਦੇ ਨੇ ਵੀ ਡਰਾ ਕੇ, ਨਾ 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 ਮਾਤਾ ਤਾਂ ਤੂੰ ਮੈਨੂੰ ਗਲਤ ਸਿੱਖਿਆ, ਨਾ ਪੁੱਤ ਜਾਣ ਬੱਚਾ। ਕਿਉਂਕਿ ਹੁਣ ਮਾਂ ਨੂੰ ਪੁੱਤ ਕਿੰਨਾ ਪਿਆਰਾ ਹੁੰਦਾ, ਤੇ ਉਹ ਵੀ ਭਗਤ ਨਾਮ ਦੇ ਵਰਗਾ ਪੁੱਤ ਤਾਂ ਹੋਰ ਵੀ ਕਿੰਨਾ ਪਿਆਰਾ, ਇੱਕ ਭਗਤ ਪੁੱਤ ਦੇਖੋ ਤੁਸੀਂ। ਪਰ ਜਦੋਂ ਮਾਂ ਹੀ ਨਾ ਹਟੀ, ਪੁੱਤ ਤੂੰ ਇੱਥੇ ਖੁਦਾ ਖੁਦਾ ਲੱਗ ਜਾ ਕਰਨਾ, ਘਰੇ ਜਾ ਕੇ ਭਾਵੇਂ ਫਿਰ ਰਾਮ ਰਾਮ ਕਹਿ ਲਿਆ ਕਰਨੀ, ਤਾਂ ਕੀ ਹੁੰਦਾ, ਜਾਣ ਬੱਚਾ। ਜਦੋਂ ਹਟੀ ਨਾ, ਭਗਤ ਨਾਮਦੇਵ ਜੀ ਨੂੰ ਵੀ ਕਹਿਣਾ ਪੈ ਗਿਆ। ਦੇਖ ਲਓ ਬਣ ਚ ਲਿਖਿਆ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਈ, ਪਿੰਡ ਪੜਾ ਤੁਹਾਰ ਮੰਗਾਏ। ਲੈ ਮਾਤਾ ਅੱਜ ਆਪਣਾ ਨਾ ਮਾਂ ਪੁੱਤ ਵਾਲਾ ਰਿਸ਼ਤਾ ਟੁੱਟ ਗਿਆ, ਤੂੰ ਤਾਂ ਮੈਨੂੰ ਸੱਚ ਤੋਂ ਡਲਾਉਣਾ ਹੀ ਹੈ। ਮਾਂ ਤਾਂ ਪੱਕਾ ਕਰਦੀ ਹੁੰਦੀ ਆ ਪੁੱਤ ਨੂੰ, ਚੰਗਾ ਮਾਂ ਮੈਂ ਅੱਜ ਤੋਂ ਤੇਰਾ ਪੁੱਤ ਨੀ, ਤੂੰ ਮੇਰੀ ਮਾਂ ਨੀ, ਮੇਰਾ ਸਰੀਰ ਇੱਥੇ ਹੁਣੇ ਡਿੱਗ ਪਏ ਭਾਵੇਂ ਮੈਂ ਡੋਲਣਾ ਨਾ। ਬੋਲੋ ਸਤਨਾਮ। ਪਿੰਡ ਪੜਾ ਦਾ ਭਾਵ ਸਰੀਰ ਹੁਣੀ ਗਿਰ ਜਾਵੇ, ਪਿੰਡ ਦਾ ਅਰਥ ਪਿੰਡਾ ਸਰੀਰ। ਤਾਂ ਤੇ ਕਹਿਣ ਦਾ ਭਾਵ ਵੀ ਸੱਚ ਦਾ ਪਿਆਰ ਕਿੰਨਾ ਉੱਤੇ ਹੈ, ਜਿੱਥੇ ਦੁਨਿਆਵੀ ਰਿਸ਼ਤੇ ਥੱਲੇ ਰਹਿ ਜਾਂਦੇ ਆ, ਉੱਥੇ ਰਿਸ਼ਤਾ ਥੱਲੇ ਰਹਿ ਗਿਆ ਨਾ ਮਾਂ ਪੁੱਤ ਦਾ, ਸੱਚ ਉੱਪਰ ਚਲਿਆ ਗਿਆ। ਤਾਂ ਤੇ ਕੀ ਕਹਿੰਦਾ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਂ, ਇਹ ਪਿੰਡ ਪੜਿਆ ਤੋਂ ਹਰ ਗੁਣ ਗਾਏ। ਚਲੋ ਏਦਾਂ 14 ਸਾਲ ਉੱਥੇ ਭਾਅ ਜੀ ਨੁਕਤੇ ਤੇ, 14 ਸਾਲ ਦੇ ਮਾਧੋ ਸਿੰਘ ਨੇ ਫਿਰ ਕੀ ਕਹਿ ਦਿੱਤਾ, ਮੇਰੀ ਮਾਤਾ ਝੂਠ ਬੋਲਦੀ ਹੈ, ਮੈਂ ਤਾਂ ਦਸਮੇਸ਼ ਪਿਤਾ ਦਾ ਸਿੰਘ ਹਾਂ। ਇਤਿਹਾਸਕ ਵਚਨ ਗਾ ਕੇ ਵੀ ਕਹਿ ਦਿਆ, ਮੈਂ ਤਾਂ ਸਿੰਘ ਹਾਂ ਗੁਰੂ ਗੋਬਿੰਦ ਸਿੰਘ ਦਾ, ਮਾਤਾ ਮੇਰੀ ਝੂਠ ਬੋਲ, ਸਿੰਘ ਹਾਂ ਗੁਰੂ ਗੋਬਿੰਦ ਸਿੰਘ ਦਾ, ਮਾਤਾ ਮੇਰੀ ਝੂਠ ਬੋਲਦੀ ਹਾਂ ਗੁਰੂ ਗੋਬਿੰਦ ਸਿੰਘ ਦਾ, ਮਾਤਾ
ਮੇਰੀ ਝੂਠ ਪੂਰਤੀ ਹੋ ਮੈਂ ਸਿੰਘ ਹਾਂ ਗੁਰੂ ਗੋਬਿੰਦ ਸਿੰਘ ਦਾ ਮਾਤਾ ਮੇਰੀ ਝੂਠ ਪੂਰਤੀ ਛੜਾ ਕੇ ਜਥੇ ਦੇ ਵਿੱਚ ਰਲ ਕੇ ਸ਼ਹੀਦੀਆਂ ਪਾ ਗਿਆ। 14 ਸਾਲ ਦਾ ਮਾਧੋ ਸਿੰਘ ਮੌਤ ਨੂੰ ਮਖੌਲ ਕਰ ਗਿਆ।